ਫਰੀਦਕੋਟ ਦੇ ਵਿੱਚ ਦੀ ਦੋ ਨਹਿਰਾਂ ਨਾਦੀਆਂ ਹਨ ਸਰਹੰਦ ਅਤੇ ਰਾਜਸਰ ਫੀਡਰ ਜਿਨ੍ਹਾਂ ਨੂੰ ਹਰੀਕੇ ਪੱਤਣ ਤੋਂ ਜੋੜਿਆ ਜਾਂਦਾ ਹੈ ਅਤੇ ਇਹ ਤੁਹਾਨੂੰ ਇਹ ਤਸਵੀਰ ਦਿਖਾਉਣ ਜਾ ਰਹੇ ਪਹਿਲਾਂ ਅਸੀਂ ਇਹ ਦ੍ਰਿਸ਼ ਆ ਜਿਹੜੀਆਂ ਉਹ ਨਹਿਰਾਂ ਹਰੀਕੇ ਪੱਤ ਤੋਂ ਚੱਲਦੀਆਂ ਹਨ ਅਤੇ ਹੁਣ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਇੱਕ ਪ੍ਰੋਜੈਕਟ ਤਹਿਤ ਇਹਨਾਂ ਨੂੰ ਪੱਕਿਆ ਕੀਤਾ ਜਾ ਰਿਹਾ ਹੈਗਾ ਕੰਕਰੀਟ ਨਾਲ ਪੱਕਾ ਕੀਤਾ ਜਾ ਰਿਹਾ ਜਿਸ ਦਾ ਕਿ ਵਿਰੋਧ ਹੁਣ ਫਰੀਦਕੋਟ ਦੇ ਵਿੱਚ ਖੜਾ ਹੋ ਚੁੱਕਿਆ ਹੈ ਅਤੇ ਫਰੀਦਕੋਟ ਦੇ ਵਿੱਚ ਸਮਾਜ ਸੇਵੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਰਲ ਕੇ ਸੰਘਰਸ਼ ਸ਼ੁਰੂ ਕੀਤਾ ਗਿਆ ਹੈਗਾ ਉਹਨਾਂ ਵੱਲੋਂ ਇੱਕ ਜਲ ਜੀਵਨ ਬਚਾਓ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿਤੇ ਨਾ ਕਿਤੇ ਜੇਕਰ ਇਹ ਪੱਕੀਆਂ ਹੁੰਦੀਆਂ ਹਨ ਤਾਂ ਜੇ ਨਾਲ ਦਰਖਤ ਲੱਗੇ ਹਨ ਅਤੇ ਜੋ ਪਾਣੀ ਦਾ ਪੱਧਰ ਹੈ ਅਤੇ ਨਾਲ ਜੋ ਹੈਗੇ ਫਸਲਾਂ ਨੇ ਉਹਨਾਂ ਦਾ ਕਾਫੀ ਨੁਕਸਾਨ ਹੋਵੇਗਾ ਜਿਸ ਨੂੰ ਲੈ ਕੇ ਹੁਣ ਤੱਕ ਉਹਨਾਂ ਵੱਲੋਂ ਕਈ ਲੀਡਰ ਸਾਹਿਬਾਨਾਂ ਨੂੰ ਮੰਗ ਪੱਤਰ ਵੀ ਦਿੱਤੇ ਗਏ ਨੇ ਅਤੇ ਮੰਗ ਕੀਤੀ ਗਈ ਹੈ ਕਿ ਇਸ ਨੂੰ ਪ੍ਰੋਜੈਕਟ ਰੋਕਿਆ ਜਾਵੇ ਅਤੇ ਲਗਾਤਾਰ ਫਰੀਦਕੋਟ ਦੇ ਸ਼ਹਿਰ ਦੇ ਚੌਂਕਾਂ ਵਿੱਚ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਕਿ ਵੱਧ ਤੋਂ ਵੱਧ ਇਸ ਮੁਹਿੰਮ ਨਾਲ ਜੁੜੋ ਅਤੇ ਅੱਜ ਇਸੇ ਮੁਹਿੰਮ ਤਹਿਤ ਅੱਜ ਜਿਹੜਾ ਹੈਗਾ ਫਰੀਦਕੋਟ ਦੇ ਵਿੱਚ ਇੱਕ ਮਾਰਚ ਰੱਖਿਆ ਗਿਆ ਹੈਗਾ ਜਿਸ ਦੇ ਵਿੱਚ ਲੋਕਾਂ ਨੂੰ ਵੱਧ ਚੜ੍ਹ ਜੋ ਅਪੀਲ ਕੀਤੀ ਅਤੇ ਜੋ ਵਾਤਾਵਰਨ ਨੂੰ ਸ਼ੁੱਧ ਕਰਨ ਦੀ ਜਿਹੜੀ ਗੱਲ ਕਹੀ ਹੈ ਅਤੇ ਨਾਲ ਜਿਹੜਾ ਜਲ ਜੀਵਨ ਬਚਾਉਣ ਦੀ ਗੱਲ ਕਹੀ ਹੈ ਇਸੇ ਮੋਟਿਵ ਨੂੰ ਲੈ ਕੇ ਇੱਕ ਵਿਸ਼ਾਲ ਮਾਰਚ ਜਿਹੜਾ ਕੱਢਿਆ ਜਾ ਰਿਹਾ ਹੈਗਾ ਕਿਉਂਕਿ ਲਗਾਤਾਰ ਉਹਨਾਂ ਵੱਲੋਂ ਕਈ ਮੰਤਰੀਆਂ ਸਾਹਿਬਾਨਾਂ ਨੂੰ ਵੀ ਮੰਗ ਪੱਤਰ ਵੀ ਦੇ ਚੁੱਕੇ ਨੇ ਉਸ ਤੋਂ ਬਾਅਦ ਇਹ ਮਿਸ਼ਨ ਨੂੰ ਰੱਦ ਕਰਾਉਣ ਲਈ ਲਗਾਤਾਰ ਜਿਹੜਾ ਹੈਗਾ ਮਿਸ਼ਨ ਸ਼ੁਰੂ ਕੀਤਾ ਗਿਆ ਸੀ ਅਤੇ ਅੱਜ ਜਿਹੜਾ ਮਾਰਚ ਕੱਢਿਆ ਸ਼ਹਿਰ ਵਿੱਚ ਦੀ ਆਪਾਂ ਗੱਲਬਾਤ ਵੀ ਕਰਾਂਗੇ ਜਥੇਬੰਦੀ ਅੱਗੋਂ ਨੇ ਕਿਉਂਕਿ ਲਗਾਤਾਰ ਇਹ ਸੰਘਰਸ਼ ਕੀਤਾ ਜਾ ਰਿਹਾ ਹੈਗਾ ਅਤੇ ਕੀ ਕਾਰਨ ਹੈਗੇ ਆ ਵੀ ਜੋ ਲਗਾਤਾਰ ਹਿਟਰ ਸਰਕਾਰ ਦੇ ਸਰਕਾਰ ਵੱਲੋਂ ਕੀ ਕਹਿਣਾ ਕਿਸਾਨ ਆਗੂ ਸਰ ਕੀ ਕਹਿਣਾ ਜਿਹੜਾ ਲਗਾਤਾਰ ਸੰਘਰਸ਼ ਸ਼ੁਰੂ ਕੀਤਾ ਗਿਆ ਅਤੇ ਅੱਜ ਜਿਹੜਾ ਮਾਰਚ ਕੱਢਿਆ ਇਹ ਜਲ ਜਾਓ ਪਾਣੀ ਦੇ ਅਧੀਨ ਜਿਹੜਾ ਮੋਰਚਾ ਬਣਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ 15 ਜਥੇਬੰਦੀਆਂ ਨੇ ਨਹਿਰਾਂ ਨੂੰ ਕੰਕਰੀਟ ਨੂੰ ਪੱਕੀਆਂ ਕਰਨ ਵਾਸਤੇ ਜਿਹੜਾ ਮੋਰਚਾ ਖੋਲ੍ਹਿਆ ਅਸੀਂ ਕਿਸ ਵੀ ਹਾਲਤ 'ਚ ਹੋਣ ਨਹੀਂ ਦੇਣਾ ਸਾਨੂੰ ਜਿੰਨੀ ਮਰਜ਼ੀ ਲੜਾਈ ਲੰਮੀ ਲੜਨੀ ਪਵੇ ਉਹਨੂੰ ਹਰ ਹਾਲਤ ਅਸੀਂ ਰੋਕਾਂਗੇ ਸਾਨੂੰ ਭਾਵੇਂ ਮੋਰਚਾ ਲਾਉਣਾ ਪਵੇ ਸਾਨੂੰ ਪਤਾ ਹੈ ਵੀ ਸਾਨੂੰ ਸਰਕਾਰ ਨਾਲ ਲੜਾਈ ਲੜਨੀ ਪੈਣੀ ਹੈ ਤਾਂ ਅਸੀਂ ਲੜਾਂਗੇ ਕਿਉਂਕਿ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਬਾਬਾ ਫਰੀਦ ਦੀ ਪਵਿੱਤਰ ਧਰਤੀ ਤੋਂ ਅੱਜ ਅਸੀਂ ਪਹਿਲਾਂ ਹੀ ਇਹ ਮੋਰਚਾ ਜਿਹੜਾ ਖੋਲ੍ਹਿਆ ਇਹ ਲੋਕਾਂ ਨੂੰ ਦੱਸਿਆ ਵੀ ਸਾਰਾ ਸ਼ਹਿਰ ਜਿੰਨੀਆਂ ਐਨ ਜੀ ਓ ਹੈ ਸਾਡੇ ਨਾਲ 20 ਕੰਮ ਕਰ ਰਹੀਆਂ ਸਾਰੇ ਹੀ ਜਿੰਨੇ ਭਰਾਤੀ ਜਥੇਬੰਦੀਆਂ ਸਾਡਾ ਸਾਥ ਦੇਣ ਅਤੇ ਪਾਣੀ ਨੂੰ ਬਚਾਉਣ ਦੀ ਖਾਤਰ ਇਹ ਲੜਾਈ ਹੈ ਜਿਹੜੀ ਜਿੱਤੀ ਜਾ ਸਕੇ ਕਿਉਂਕਿ ਜੇ ਇਹ ਕੰਕਰੀਟ ਨਾਲ ਪੱਕੀਆਂ ਹੋ ਜਾਂਦੀਆਂ ਜਿਹੜਾ ਪਾਣੀ ਹੈ ਉਹ ਪਲੀਤ ਹੋ ਜਾਂਦਾ ਥੱਲਿਓ ਕਿਉਂਕਿ ਪਾਣੀ ਤਾਂ ਪਹਿਲਾਂ ਹੀ ਮਾੜਾ ਹੈ ਫਰੀਦਕੋਟ ਸ਼ਹਿਰ ਦੇ ਵਿੱਚ ਦੱਸਦਾ 20 ਰੁਪਏ ਕਿੰਨੀ ਵਿਕਦੀ ਹੈ ਜੇ ਅਗਰ ਇਹ ਨਹਿਰਾਂ ਕੰਕਰੀਟ ਨਾਲ ਪੱਕੀਆਂ ਕਰ ਦਿੱਤੀਆਂ ਜਾਂਦੀਆਂ ਅਤੇ ਪਾਣੀ ਡੂੰਘਾ ਚੱਲਿਆ ਜਾਣਾ ਅਤੇ ਪਾਣੀ ਮਾੜਾ ਹੋ ਜਾਣਾ ਅਤੇ ਮਾੜੇ ਹੋਣ ਨਾਲ ਜਿਹੜੇ ਕਿ ਸਾਡੇ ਦਰੱਖਤਾਂ 'ਤੇ ਸਾਡੇ ਪਸ਼ੂਆਂ 'ਤੇ ਸਾਡੇ ਜਲ ਜੀਵਨ 'ਤੇ ਸਾਡੇ ਪੀਣ 'ਤੇ ਇਹਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਇਹ ਅਸੀਂ ਨੁਕਸਾਨ ਕਿਸੇ ਵੀ ਹਾਲਤ ਦੇ ਵਿੱਚ ਹੋਣ ਨਹੀਂ ਦੇਣਾ ਜੋ ਸਾਨੂੰ ਮਰਜ਼ੀ ਲੜਾਈ ਜਿੰਨੀ ਮਰਜ਼ੀ ਲੰਮੀ ਲੜਦੀ ਬਿਲਕੁਲ ਜੀ ਇੱਕ ਵਿਸ਼ਾਲ ਮਾਰਚ ਜਿਹੜਾ ਹੈਗਾ ਕੱਢਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਲਗਾਤਾਰ ਕੰਕਰੀਟ ਨਾਲ ਪੱਕਾ ਕੀਤਾ ਜਾਣਾ ਜਿਸ ਦੇ ਵਿਰੋਧ ਵਜੋਂ ਜਿਹੜਾ ਮਾਰਚ ਕੱਢਿਆ ਜਾ ਰਿਹਾ ਹੈਗਾ ਫਰੀਦਕੋਟ ਦੇ ਵਿੱਚ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਰਲ ਕੇ ਸਾਂਝੇ ਤੌਰ 'ਤੇ ਜਿਹੜਾ ਇਹ ਮਾਰਚ ਕੱਢਿਆ ਜਾ ਰਿਹਾ ਹੈਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਫਰੀਦਕੋਟ ਦੇ ਜਿਹੜੇ ਹੈਗੇ ਆ ਆਗੂ ਵਿੱਚ ਲੋਕ ਜੁੜੇ ਨੇ ਹਰ ਇੱਕ ਵਰਗ ਦੇ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਸਮਾਜ ਸੇਵੀ ਹੋਣ ਸਾਰੇ ਇਸ ਮਾਰਗ ਦੇ ਵਿੱਚ ਇਕੱਠੇ ਹੋਏ ਆ ਅਤੇ ਉਹਨਾਂ ਵੱਲੋਂ ਜਿਹੜਾ ਅੱਗੇ ਮਾਰਚ ਕੱਢਿਆ ਗਿਆ ਇਸ ਤੋਂ ਪਹਿਲਾਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਕਈ ਆਗੂਆਂ ਨੂੰ ਲੀਡਰਾਂ ਨੂੰ ਵੀ ਮੰਗ ਪੱਤਰ ਵੀ ਦਿੱਤੇ ਗਏ ਸੀਗੇ ਪਰ ਉਸਦੇ ਬਾਵਜੂਦ ਵੀ ਜਿਹੜਾ ਅੱਜ ਪਾਣੀ ਦੀ ਲੜਾਈ ਨੂੰ ਲੈ ਕੇ ਜਿਹੜਾ ਇਹ ਸੰਘਰਸ਼ ਵੀ ਵੱਡਿਆ ਹੋਇਆ ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਕਿ ਕੰਕਰੀਟ ਦਾ ਜਿਹੜਾ ਪੱਕਿਆ ਨੂੰ ਪੱਕਾ ਕੀਤਾ ਜਾ ਰਿਹਾ ਜਿਸ ਦੇ ਚੱਲਦਿਆਂ ਇਹ ਵਿਸ਼ਾਲ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਕਿ ਜਨ ਜੀਵਨ ਬਚਾਓ ਮੋਰਚੇ ਤਹਿਤ ਇਹ ਜਿਹੜਾ ਮੋਰਚ ਮਾਰਚ ਕੱਢਿਆ ਹੈਗਾ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ ਹੈ ਜਿਸ ਦੇ ਵਿੱਚ ਕਿਸਾਨ ਯੂਨੀਅਨ ਹੋਰ ਵੀ ਕਈ ਆਗੂ ਜਿਹੜੇ ਇੱਥੇ ਮੌਜੂਦ ਨੇ ਸਾਰੇ ਹੀ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਇੱਕ ਵਿਸ਼ਾਲ ਜਿਹੜਾ ਮਾਰਚ ਆ ਉਹ ਕੱਢਿਆ ਜਾ ਰਿਹਾ ਇਸ ਤੋਂ ਬਾਅਦ ਆਪਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਕਿਉਂਕਿ ਲਗਾਤਾਰ ਸਾਡੇ ਨਾਲ ਗੁਰਪ੍ਰੀਤ ਸਿੰਘ ਚੰਦਬਾਜੀ ਮੌਜੂਦ ਨੇ ਚੰਦਬਾ ਸਾਹਿਬ ਕੀ ਲੱਗਦਾ ਕਿ ਲਗਾਤਾਰ ਕਿਉਂਕਿ ਪਿੱਛੇ ਸੜਕਾਂ ਜਿਹੜੀ ਗੱਲ ਕਰੀਏ ਇਹਨੂੰ ਪੱਕਾ ਕੀਤਾ ਜਾ ਰਿਹਾ ਨਹਿਰਾਂ ਨੂੰ ਅਤੇ ਤੁਹਾਡੇ ਵੱਲੋਂ ਸੰਘਰਸ਼ ਵੀ ਡਿਆ ਸਾਂਝੇ ਤੌਰ 'ਤੇ ਕੀ ਕਹਿਣਾ ਚਾਹੁੰਦੇ ਦੇਖੋ ਜਲ ਜੀਵਨ ਮੋਰਚਾ ਵੱਲੋਂ ਜਿਹੜਾ ਸੰਘਰਸ਼ ਦੀ ਅੱਜ ਕਾਲ ਸੀਗੀ ਜਿਹੜਾ ਨਹਿਰਾਂ ਦੇ ਥੱਲੇ ਮਤਲਬ ਸਾਈਡਾਂ ਦੇ ਤਰਪਾਲ ਪਾ ਰਹੇ ਅਸੀਂ ਤਾਂ ਬੜੇ ਲੰਮੇ ਸਮੇਂ ਤੋਂ ਰੌਲਾ ਪਾ ਰਹੇ ਹਾਂ ਵੀ ਪੰਜਾਬ ਦਾ ਜਿਹੜਾ ਨਹਿਰਾਂ ਕਿਤੇ ਵੀ ਬਣ ਰਹੀਆਂ ਉਹਨਾਂ ਦੇ ਥੱਲੇ ਸੀਪਜ ਹੋਣੀ ਚਾਹੀਦੀ ਆ ਜੇ ਕਿ ਅਸੀਂ ਕੁਦਰਤ ਨਾਲ ਵੀ ਛੇੜਛਾੜ ਕਰ ਰਹੇ ਹਾਂ ਇਸ ਕਰਕੇ ਸਰਕਾਰਾਂ ਨੇ ਜਿਵੇਂ ਪਿਛਲੀਆਂ ਨਹਿਰਾਂ ਤੋਂ ਲਿਆਂਦੀਆਂ ਅਤੇ ਨਹਿਰਾਂ ਥੱਲੇ ਤਰਪਾਲ ਪਾ ਕੇ ਬੱਜਰੀ ਦੀਆਂ ਬਣਾ ਦਿੱਤੀਆਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਆ ਅਤੇ ਉੱਪਰਲਾ ਪਾਣੀ ਹੈ ਜਿਹੜਾ ਆਪਣਾ ਬਹੁਤ ਮਾੜਾ ਅਤੇ ਉਹ ਵੀ ਥੱਲੇ ਵਾਲੇ ਪਤਨਾ ਵੀ 16.5 ਸਾਲਾਂ ਦਾ ਪਾਣੀ ਰਹਿ ਗਿਆ ਜੇ ਨਹਿਰੀ ਪਾਣੀ ਦੀ ਸੀਪਜ ਬੰਦ ਹੁੰਦੀ ਹੈ ਤਾਂ ਬਹੁਤ ਭਿਆਨਕ ਨਤੀਜੇ ਨਿਕਲਣਗੇ ਇਸ ਚੀਜ਼ ਦੇ ਇੱਕ ਪਾਸੇ ਜਿਵੇਂ ਪਾਣੀ ਦਾ ਮਸਲਾ ਇਸ ਵਜ੍ਹਾ ਦਾ ਚੱਲਿਆ ਹੋਇਆ ਦੂਜਾ ਹੁਣ ਇੱਕ ਇਹ ਵੀ ਬਹੁਤ ਵੱਡਾ ਅਹਿਮ ਮਸਲਾ ਖੜਾ ਹੋ ਗਿਆ ਕਿਉਂਕਿ ਪੰਜਾਬ ਦੇ ਬਹੁਤ ਏਰੀਆ ਨਹਿਰਾਂ ਦੇ ਨਾਲ ਲੱਗਦਾ ਜੇ ਪਾਣੀ ਬੰਦ ਕਰ ਦਿੱਤਾ ਜਾਂਦਾ ਜੇ ਬੂੰਦ ਵੀ ਥੱਲੇ ਨਹੀਂ ਜਾਊਗੀ ਤਾਂ ਜ਼ਮੀਨੀ ਪੱਧਰ ਵੀ ਕਾਫੀ ਜਾਊ ਥੱਲੇ ਦੇਖੋ ਜੀ ਉੱਪਰਲਾ ਪਾਣੀ ਤਾਂ ਆਪਣਾ ਪੀਣ ਯੋਗ ਰਿਹਾ ਹੀ ਨਹੀਂ ਗਾ ਉਹਦੇ ਵਿੱਚ ਇੰਨੀਆਂ ਹੈਵੀ ਮੈਟਲ ਆ ਗਏ ਨੇ
तो जीर जो पानी दूजी जो माड़े पानी की क्वालिटी भी बनी रही है, तो दूजा यदि पानी की मतलब जो पानी का लैवल वह भी डूंगा जाएगा। ये बहुत ही मतलब गंभीर मसला सारे पंजाब का मसला, सारे पंजाब के लोगों इकट्ठे हो के आवाज़ उठानी चाहिए आ, तो जोड़ा साढ़िया नहर कस्सिया ज सूए बनते हैं उन्होंने जो थले पासा वह कच्चा रखा जाए, होर तेज भी किया जा सकता। बिल्कुल जी, अब वेखो फरीदकोट संस्थावां ने शुरू किया जिद हर वर्ग के लोग शामिल होया, किसान मजदूर मुलाजम शहरी, तो साडे जीवन का स्रोत आ पानी तो अपने तो खोया जा रहा। अगे असी नलकों तो बुक भर भर पानी पीते सी, तो अज आप देखो मुल की जी बोतल 20-30 रुपए की हो गई आ, तो गरीब बंदे के हाथों तो जो पानी छुट गया तो पानी तो बिना जिंदगी कोई नहीं गई। लगातार फरीदकोट के जरा संघर्ष शुरू किया गया, जल जीवन तहत एक संघर्ष विड़िया गया है, क्योंकि ये नहरों है जरा हरिके पत्तर तो निकल दिया, इन पक्का किया जाए कंक्रीट ना जरा नाल कहा जा रहा प्लास्टिक पा के पक्का किया जाए, जेकर अजिहा होंगे है तो जरा जमीनी पद्धर जो पानी नहीं जाएगा, जिस कारण कितने कितने किसानों भी जो आम लोगों को पीने वाले पानी की काफ़ी समस्या का सामना करना पवेगा। और देखना आने वाले समय के संघर्ष विड़िया गया फरीदकोट वासियों वालों, यह संघर्ष की रंग लिया जो इन्हें जित होंगी है। फरीदकोट तो जगमन टीवी जगतार दसाज।